ਖੋਰੇ ਕਿਹੜੇ ਸਕੂਲਾਂ ਵਿੱਚ ਪੜ੍ਹੇ ਸੀ ਜੋ ਨੀਹਾਂ ਵਿੱਚ ਖੜ੍ਹੇ ਸੀ, ਵੈਰੀ ਨਾਲ ਲੜੇ ਸੀ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਪੋਹ ਦਾ ਮਹੀਨਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ ਅਤੇ ਇਸ ਮਹੀਨੇ ਨੂੰ ਸਾਕਾ ਏ ਸ਼ਹਾਦਤ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹਨਾਂ ਹੀ ਦਿਨਾਂ ਦੇ ਵਿੱਚ ਪਹਿਲਾਂ ਤਾਂ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਅਤੇ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਗਿਆ ਸੀ ਅਤੇ ਇਹਨਾਂ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅਤੇ ਸਾਡੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਇਸ ਮਹੀਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਆਪਣੇ ਗੀਤ ਸਮਰਪਿਤ ਕਰਦੇ ਨੇ ਅਤੇ ਸਾਡੀ ਪੰਜਾਬੀ ਇੰਡਸਟਰੀ ਦਾ ਉਹ ਕਲਾਕਾਰ ਜੋ ਆਪਣੇ ਵਿਰਸੇ ਦੇ ਨਾਲ ਪੂਰਾ ਜੁੜਿਆ ਹੋਇਆ ਅਤੇ ਪੂਰੇ ਪੱਕੇ ਅਸੂਲਾਂ ਵਾਲਾ ਹੈ। ਜੀ ਹਾਂ, ਮੈਂ ਗੱਲ ਕਰ ਰਿਹਾ ਤਰਸੇਮ ਜੱਸੜ ਦੇ ਬਾਰੇ ਅਤੇ ਹੁਣ ਤਰਸੇਮ ਜੱਸੜ ਵੀ ਸ਼ਹੀਦਾਂ ਨੂੰ ਸਮਰਪਿਤ ਇੱਕ ਗੀਤ ਲੈ ਕੇ ਆਏ ਨੇ ਜਿਸਦਾ ਨਾਮ ਹੈ ਫਤਿਹਗੜ੍ਹ ਸਾਹਿਬ। ਜੀ ਹਾਂ, ਮੈਂ ਤੁਹਾਨੂੰ ਦੱਸ ਦੇਵਾਂ ਕਿ ਤਰਸੇਮ ਜੱਸੜ ਦਾ ਇੱਕ ਨਵਾਂ ਗਾਣਾ ਰਿਲੀਜ਼ ਹੋਇਆ ਜਿਸਦਾ ਨਾਮ ਹੈ ਫਤਿਹਗੜ੍ਹ ਸਾਹਿਬ ਅਤੇ ਤਰਸੇਮ ਜੱਸੜ ਨੇ ਆਪਣੇ ਆਫਿਸ਼ੀਅਲ ਇੰਸਟਾ ਅਕਾਊਂਟ 'ਤੇ ਇਸ ਗਾਣੇ ਦਾ ਪੋਸਟਰ ਕੁਝ ਟਾਈਮ ਪਹਿਲਾਂ ਸ਼ੇਅਰ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਮੇਰੀ ਔਕਾਤ ਨਹੀਂ ਕਿ ਮੈਂ ਕੁਝ ਲਿਖ ਸਕਾਂ ਉਹਨਾਂ ਸ਼ਹੀਦਾਂ ਬਾਰੇ, ਪਰ ਪਿਛਲੇ 3 ਸਾਲਾਂ ਤੋਂ ਲਿਖਣ ਦੀ ਕੋਸ਼ਿਸ਼ ਜ਼ਰੂਰ ਸੀ। ਕਿੰਨੀ ਵਾਰ ਲਿਖਿਆ ਅਤੇ ਡਿਲੀਟ ਕੀਤਾ, ਹਰ ਵਾਰ ਅਰਦਾਸ ਕਰਦਾ ਸੀ ਪਰ ਇਸ ਸਾਲ ਪ੍ਰਵਾਨ ਹੋਈ ਹੈ। ਇਹ ਉਹ ਧਰਤੀ ਹੈ ਜਿੱਥੋਂ ਮੇਰੇ ਜਿਹੇ ਨਿਮਾਣਿਆਂ ਨੂੰ ਮਾਣ ਮਿਲਿਆ ਅਤੇ ਇਸ ਧਰਤੀ ਦਾ ਹਮੇਸ਼ਾ ਕਰਜ਼ਦਾਰ ਹਾਂ। ਕੋਟ ਕੋਟ ਪ੍ਰਣਾਮ ਸਾਡੇ ਅਮਰ ਸ਼ਹੀਦਾਂ ਨੂੰ। ਜੀ ਹਾਂ, ਇਹ ਬਿਲਕੁਲ ਠੀਕ ਹੈ ਕਿ ਤਰਸੇਮ ਜੱਸੜ ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਅਤੇ ਇਸ ਦੀ ਰਿਸਪੈਕਟ ਕਰਦੇ ਨੇ, ਕਿਉਂਕਿ ਉਹ ਅਕਸਰ ਹੀ ਆਪਣੇ ਗੀਤਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਦਾ ਜ਼ਿਕਰ ਜ਼ਰੂਰ ਕਰਦੇ ਨੇ। ਸੋ ਹੁਣ ਤੁਸੀਂ ਵੀ ਚੈੱਕ ਕਰੋ ਇਸ ਗੀਤ ਦੇ ਕੁਝ ਇੰਟਰਸਟਿੰਗ ਸਕਰੀਨਸ਼ੋਟ। ਮੈਂ ਗੱਲ ਕਰਾਂ ਇਸ ਗੀਤ ਦੀਆਂ ਡਿਟੇਲਸ ਦੀ, ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਗੀਤ ਨੂੰ ਗਾਇਆ ਗਿਆ ਕੁਲਬੀਰ ਝਿੰਜਰ ਅਤੇ ਤਰਸੇਮ ਜੱਸੜ ਵੱਲੋਂ ਅਤੇ ਇਸ ਗੀਤ ਦੇ ਬੋਲ ਲਿਖੇ ਗਏ ਨੇ ਤਰਸੇਮ ਜੱਸੜ ਵੱਲੋਂ ਅਤੇ ਉੱਥੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਗਿੱਲ ਸਾਹਿਬ ਨੇ ਅਤੇ ਇਸ ਨੂੰ ਪ੍ਰੋਡਿਊਸ ਕੀਤਾ ਹੈ ਮਨਪ੍ਰੀਤ ਜੌਹਲ ਨੇ ਅਤੇ ਇਸ ਗੀਤ ਨੂੰ ਪ੍ਰਜੈਂਟ ਕੀਤਾ ਗਿਆ ਬੇਲੀ ਜਨਤਾ ਰਿਕਾਰਡਸ ਵੱਲੋਂ। ਸੋ ਜੇ ਮੈਂ ਗੱਲ ਕਰਾਂ ਇਸ ਫਤਿਹਗੜ੍ਹ ਸਾਹਿਬ ਗੀਤ ਦੇ ਪੋਸਟਰ ਦਾ, ਇਸ ਦੇ ਵਿੱਚ ਇੱਕ ਗੱਲ ਗੌਰ ਕਰਨ ਵਾਲੀ ਇਹ ਵੀ ਹੈ ਕਿ ਇਸ ਪੋਸਟਰ ਦੇ ਵਿੱਚ ਸਾਰਾ ਕੁਝ ਜੋ ਲਿਖਿਆ ਗਿਆ ਉਹ ਪੰਜਾਬੀ ਦੇ ਵਿੱਚ ਹੈ, ਤਾਂ ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਤਰਸੇਮ ਜੱਸੜ ਦਾ ਆਪਣੀ ਮਾਂ ਬੋਲੀ ਅਤੇ ਆਪਣੀ ਵਿਰਾਸਤ ਦੇ ਨਾਲ ਕਿੰਨਾ ਪਿਆਰ ਹੈ। ਸੋ ਜੀ, ਮੈਨੂੰ ਤਾਂ ਇਹ ਗੀਤ ਬੜਾ ਪਿਆਰਾ ਲੱਗਿਆ। ਜੇ ਤੁਸੀਂ ਹਾਲੇ ਤੱਕ ਇਸ ਗੀਤ ਨੂੰ ਨਹੀਂ ਸੁਣਿਆ ਤਾਂ ਬੇਲੀ ਜਨਤਾ ਦੇ ਆਫਿਸ਼ੀਅਲ ਯੂਟਿਊਬ ਚੈਨਲ 'ਤੇ ਜਾਓ ਅਤੇ ਇਸ ਗੀਤ ਨੂੰ ਸੁਣੋ ਅਤੇ ਮੈਨੂੰ ਨੀਚੇ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਅਤੇ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ gabru.com ਅਤੇ ਨੀਚੇ ਤੇ ਬੈਲ ਆਈਕਨ ਨੋਟੀਫਿਕੇਸ਼ਨ ਲਈ ਪ੍ਰੈਸ ਕਰਨਾ ਨਾ ਭੁੱਲਣਾ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।